ਜੋ ਪ੍ਰੋਗਰਾਮ 10 ਵਜੇ ਦਾ ਸੀ 8 ਵਜੇ ਕਿਸ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਹ ਰੂਟ ਛੱਡ ਕੇ ਜੋ ਸਰਕਾਰ ਤੇ ਜਥੇਬੰਦੀਆਂ ਦਾ ਰੂਟ ਤੈਅ ਹੋਇਆ ਸੀ ਉਸ ਰੂਟ ਨੂੰ ਛੱਡ ਕੇ ਤੁਸੀਂ ਲਾਲ ਕਿਲੇ ਵੱਲ ਜਾਓ ਕਿਨਾਂ ਆਪਣੇ ਬੰਦੇ ਛੱਡੇ ਭਾਜਪਾ ਵੱਲੋਂ ਇਸ ਸਾਡੇ ਕਿਸਾਨੀ ਸੰਘਰਸ਼ ਨੂੰ ਤਾਰੋ ਪੀੜ ਕਰਨ ਵਾਸਤੇ ਸਾਡੇ ਕਿਸਾਨਾਂ ਨੂੰ ਤਾਂ ਲੱਗੇ ਓਏ ਨਜ਼ਰਬੰਦ ਕਰਨ ਤਾਰਾਂ ਲਾ ਲਾ ਕੇ ਜੋ ਇਹ ਤਾਰਾਂ ਏ ਜੋ ਇੰਨੀ ਇਹ ਬੈਰੀਗੇਟਿੰਗ ਹੋ ਰਹੀ ਹੈ ਇਸ ਚੀਜ਼ ਦੀ ਜ਼ਰੂਰਤ ਸਾਡੇ ਬਾਰਡਰਾਂ ਤੇ ਅਨਾਜ ਹੈ ਅਸੀਂ ਜਿਹੜੇ ਚਾਰ ਘਰਾਣੇ ਨੇ ਉਹਨਾਂ ਦੀਆਂ ਤਜੂਰੀਆਂ ਵਿੱਚ ਕੈਦ ਨਹੀਂ ਹੋਣ ਦੇਣਾ ਜੋ ਪਿਛਲੇ 10 ਸਾਲ ਦਾ ਇੰਦਾ ਰਾਜ ਰਿਹਾ ਗੁੰਡਾਗਰਦੀ ਹੀ ਦੇਖਣ ਨੂੰ ਮਿਲੀ ਇਹਨਾਂ ਦੇ ਰਾਜ ਵਿੱਚ ਗੁੰਡਾਗਰਦੀ ਤੋਂ ਇਲਾਵਾ ਕੁਝ ਨਹੀਂ ਸਾਡੇ ਕਾਂਗਰਸ ਦੇ ਜੋ ਐਮ ਐਲ ਏ ਨੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਸਾਡਾ ਕੋਈ ਇਹਦੇ ਵਿੱਚੋਂ ਹੋਵੇ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ ਸਸਿਕਲ ਚੈਨਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੇ ਅਸੀਂ ਅੱਜ ਗੱਲ ਕਰਾਂਗੇ ਕਿਸਾਨੀ ਮੁੱਦੇ ਨੂੰ ਲੈ ਕੇ ਗੱਲ ਕਰਾਂਗੇ ਜੋ ਘਟਨਾਵਾਂ ਪਿਛਲੇ ਕਈ ਦਿਨਾਂ ਤੋਂ ਵਾਪਰੀਆਂ ਹਨ ਜਾਂ ਜੋ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਵੱਲੋਂ ਦਿੱਲੀ ਪੁਲਿਸ ਵੱਲੋਂ ਬਤਿਹਰਾ ਕੀਤਾ ਜਾਂ ਰਵਈਆ ਜਿਹੜਾ ਰਿਹਾ ਉਸ ਬਾਬਤ ਗੱਲ ਕਰਾਂਗੇ ਕਿਉਂਕਿ ਯੂਥ ਕਾਂਗਰਸ ਵੱਲੋਂ ਵੀ ਇੱਕ ਐਲਾਨ ਕਰ ਦਿੱਤਾ ਗਿਆ ਹੈ ਕਿ 9 ਫਰਵਰੀ ਨੂੰ ਜਿਹੜਾ ਕਿ ਸੰਸਦ ਹੈ ਉਸ ਦਾ ਘਰਾਵ ਕੀਤਾ ਜਾਏਗਾ ਯੂਥ ਕਾਂਗਰਸ ਵੱਲੋਂ ਜਿਹੜਾ ਕਿ ਇਹ ਘਰਾਵ ਕੀਤਾ ਜਾਣਾ ਹੈ ਤੇ ਸਾਡੇ ਨਾਲ ਅੱਜ ਯੂਥ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਰੂਪਨਗਰ ਦੇ ਜਿਹੜੋ ਕਿ ਸਰਿੰਦਰ ਸਿੰਘ ਹਰੀਪੁਰ ਉਹ ਸਾਡੇ ਨਾਲ ਮੌਜੂਦ ਨੇ ਗੱਲ ਕਰਾਂਗੇ ਉਹਨਾਂ ਨਾਲ ਕਿਸ ਤਰ੍ਹਾਂ ਦੇ ਜਿਹੜੇ ਕਿ ਉਹ ਇਸ ਦੀਆਂ ਜਿਹੜੀਆਂ ਤਿਆਰੀਆਂ ਕਰ ਰਹੇ ਨੇ ਕਿਸ ਤਰ੍ਹਾਂ ਜਿਹੜਾ ਘਰਾਵ ਕੀਤਾ ਜਾਏਗਾ ਕਿਉਂਕਿ ਪਹਿਲਾਂ ਕਿਸਾਨਾਂ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਹੁਣ ਟਿੱਕਰੀ ਤੇ ਸਿੰਘੂ ਬਾਰਡਰ ਤੇ ਬੈਠੇ ਨੇ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਯੂਥ ਕਾਂਗਰਸ ਹੈ ਇਹ ਕਿਸ ਤਰ੍ਹਾਂ ਤਿਆਰੀ ਕਰਕੇ ਸੰਸਦ ਦਾ ਘਰਾਓ ਕਰੇਗੀ सुरेंद्र ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ सुरेंद्र ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿ ਇਹ ਹੁਣ ਮਾਹੌਲ ਬਣਿਆ ਹੋਇਆ ਹੈ ਇੱਕ ਪਾਸੇ ਤਾਂ ਪਹਿਲਾਂ ਸਰਕਾਰ ਨਾਲ ਕਿਸਾਨਾਂ ਦੀ ਗੱਲਬਾਤ ਚੱਲ ਰਹੀ ਸੀ ਪਰ 26 ਤਰੀਕ ਤੋਂ ਜੋ ਇਹ ਬਦਲਾਅ ਆਇਆ ਜੋ ਹਾਲਾਤ ਬਦਲੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਜੋ ਕਿਸਾਨੀ ਦਾ ਸੰਘਰਸ਼ ਹੈ ਹਰ ਇੱਕ ਪੂਰੇ ਦੇਸ਼ ਦੀਆਂ ਜਿੰਨੇ ਵੀ ਸਾਡੇ ਦੇਸ਼ ਨੇ ਪੂਰੇ ਵਰਲਡਵਾਈਡ ਚ ਇਹ ਸੰਘਰਸ਼ ਦਾ ਚੱਲ ਰਿਹਾ ਲੋਕਾਂ ਦੀ ਹਮਦਰਦੀ ਇਸ ਸੰਘਰਸ਼ ਦੇ ਨਾਲ ਹੈ ਸਾਡਾ ਜੋ ਦੇਸ਼ ਦਾ ਅੰਨਦਾਤਾ ਹੈ ਅੰਨਦਾਤੇ ਨਾਲ ਹਰ ਇੱਕ ਪਾਰਟੀ ਹਰ ਇੱਕ ਵਿਰੋਧੀ ਇਸ ਭਾਜਪਾ ਨੂੰ ਛੱਡ ਕੇ ਹਰ ਇੱਕ ਪਾਰਟੀ ਹਰ ਇੱਕ ਦੇਸ਼ ਦੇ ਨੁਮਾਇंदे ਹਰ ਇੱਕ ਦੇ ਕੋਈ ਵੀ ਦੇਸ਼ ਹੋਵੇ ਹਰ ਇੱਕ ਨੇ ਇਹ ਕਿਹਾ ਵੀ ਕਿਸਾਨਾਂ ਨਾਲ ਧੱਕਾ ਹੋ ਰਿਹਾ ਤੇ ਜੋ ਵੀ 26 ਤਰੀਕ ਦਾ ਘਟਨਾਕਰਮ ਹੋਇਆ ਏ ਉਹਦੇ ਬਾਰੇ ਵੀ ਮੈਂ ਦੱਸਦਾ ਇਹ ਘਟਨਾਕਰਮ ਕਰਾਉਣ ਪਿੱਛੇ ਸਾਰਾ ਬੀਜੇਪੀ ਦਾ ਹੱਥ ਹੈ ਅੱਜ ਸਾਡੀ ਕਾਂਗਰਸ ਪਾਰਟੀ ਵੱਲੋਂ ਵੀ ਸੰਸਦ ਵਿੱਚ ਇਹ ਮੁੱਦਾ ਵੀ ਉਠਾਇਆ ਗਿਆ ਕਿ ਤੁਸੀਂ ਇਹ ਦੱਸੋ ਜੋ ਇਹ ਇੰਨਾ ਕੁਝ ਹੋਇਆ ਏ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਵੀ ਜੋ ਇਹ ਸਾਡੇ ਲੋਕ ਉਸ ਪਾਸੇ ਗਏ ਨੇ ਇਹਨਾਂ ਨੂੰ ਜੋ ਪ੍ਰੋਗਰਾਮ 10 ਵਜੇ ਦਾ ਸੀ 8 ਵਜੇ ਕਿਸ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਹ ਰੂਟ ਛੱਡ ਕੇ ਜੋ ਸਰਕਾਰ ਤੇ ਜਥੇਬੰਦੀਆਂ ਦਾ ਰੂਟ ਤੈਅ ਹੋਇਆ ਸੀ ਉਸ ਰੂਟ ਨੂੰ ਛੱਡ ਕੇ ਤੁਸੀਂ ਲਾਲ ਕਿਲੇ ਵੱਲ ਜਾਓ ਇਹ ਸਭ ਮੋਦੀ ਸਰਕਾਰ ਦਾ ਕੀਤਾ ਕਰਾਇਆ ਏ ਇਹਨਾਂ ਨੇ ਹੀ ਸਾਰਾ ਉਕਸਾਇਆ ਇਹਨਾਂ ਨੇ ਆਪਣੇ ਬੰਦੇ ਛੱਡੇ ਭਾਜਪਾ ਵੱਲੋਂ ਇਸ ਸਾਡੇ ਕਿਸਾਨੀ ਸੰਘਰਸ਼ ਨੂੰ ਤਾਰੋ ਪੀੜ ਕਰਨ ਵਾਸਤੇ ਪਰ ਇਸ ਸੰਘਰਸ਼ ਵਿੱਚ ਉਸ ਪ੍ਰਮਾਤਮਾ ਨੇ ਆਪ ਨਾજર ਹਾਜ਼ਰ ਨਾજર ਹੋ ਕੇ ਇਸ ਸੰਘਰਸ਼ ਨੂੰ ਬਾਲ ਦਿੱਤਾ ਤੇ ਇਹ ਸੰਘਰਸ਼ ਜੋ ਕਿ ਇਹਨਾਂ ਨੇ ਆਪਣੀਆਂ ਚਾਲਾਂ ਨਾਲ ਫੇਲ ਕਰਨ ਦੀ ਕੋਸ਼ਿਸ਼ ਕੀਤੀ ਦੁਬਾਰਾ ਫਿਰ ਉਸ ਨਾਲੋਂ ਵੀ ਜ਼ਿਆਦਾ ਵੱਡੇ ਪੱਧਰ ਤੇ ਪਹੁੰਚ ਗਿਆ ਹੈ ਸਰਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਕ ਪਾਸੇ ਤਾਂ ਕਿਸਾਨ ਨੂੰ ਜਿਹੜਾ ਕਿ ਦੇਸ਼ ਦਾ ਅੰਦਾਤਾ ਕਿਹਾ ਜਾਂਦਾ ਹੈ ਤੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ ਪਰ ਦੂਸਰੇ ਪਾਸੇ ਕਿਸਾਨ ਤੇ ਜਵਾਨ ਇੱਕ ਦੋਨੇ ਇੱਕ ਦੂਸਰੇ ਦੇ ਸਾਹਮਣੇ ਸਾਹਮਣੇ ਖੜੇ ਕਰ ਦਿੱਤੇ ਜਾਂਦੇ ਨੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਵੀ ਹੁਣ ਦੇਖਿਆ ਜਾਵੇ ਤਾਂ ਬਾਰਡਰਾਂ ਦੇ ਉੱਤੇ ਜਿਹੜੀਆਂ ਤਾਰਾਂ ਕੰਡੀਆਂ ਲੀਆਂ ਤਾਰਾਂ ਕਿਲਾ ਜਾਂ ਰਸਤੇ ਬੰਦ ਕਰਨੇ ਬੈਰੀਕੇਡ ਕੰਕਰੀਟ ਦੀਆਂ ਦੁਵਾਰਾਂ ਇਹ ਕੀ ਸਾਰਾ ਕੁਝ ਹੈ ਕਿ ਕਿੱਥੇ ਹੈ ਲੋਕ ਰਾਜ ਕਿੱਥੇ ਹੈ ਲੋਕਾਂ ਦੀ ਜਿਹੜੀ ਕਿ ਸੇਵਾ ਭਾਵਨਾ ਕਰਨ ਵਾਲੀ ਸਰਕਾਰ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹੂੰਗਾ ਵੀ ਜਿਹੜੀ ਇਹਨੇ ਨਾ ਤਾਰ ਕੋਬਰਾ ਤਾਰ ਲਾਈ ਹੈ ਇਹ ਤਾਰ ਵੈਸੇ ਵੀ ਬੈਨ ਹੈ ਸਾਡਾ ਕਿਸਾਨ ਇਸ ਤਾਰ ਨੂੰ ਆਪਣੀ ਫਸਲਾਂ ਦੀ ਰਾਖੀ ਲਈ ਜਾਨਵਰਾਂ ਲਈ ਵੀ ਇਸ ਤਾਰ ਨੂੰ ਲਾਉਂਦਾ ਨਹੀਂ ਹੈ ਕਿ ਇਹ ਤਾਰ ਬੜੀ ਖਤਰਨਾਕ ਹੈ ਉਹਨਾਂ ਵਾਸਤੇ ਵੀ ਸਾਡਾ ਅੰਦਾਤਾ ਉਹ ਕਹਿੰਦਾ ਵੀ ਨਹੀਂ ਇਹ ਤਾਰ ਨਹੀਂ ਅਸੀਂ ਲਾਉਣੀ ਚਾਹੀਏ ਜਾਨਵਰਾਂ ਦੀ ਫਸਲ ਦਾ ਨੁਕਸਾਨ ਵੀ ਕਰ ਦੇਣ ਜੋ ਮੋਦੀ ਸਰਕਾਰ ਨੇ ਇਹ ਤਾਰ ਲਾ ਕੇ ਕਦੇ ਇਹ ਵੱਡੀਆਂ-ਵੱਡੀਆਂ ਕਿੱਲਾਂ ਲਾਉਂਦੇ ਨੇ ਸਾਡੇ ਆਂਧਾ ਤੇ ਨੂੰ ਇਹਨਾਂ ਨੇ ਕੈਦ ਕਰਨ ਦਾ ਕੰਮ ਕੀਤਾ ਇਹ ਚੀਜ਼ਾਂ ਆਉਣ ਵਾਲੇ ਟਾਈਮ 'ਚ ਜੇ ਮੋਦੀ ਸਰਕਾਰ ਭਾਜਪਾ ਦਾ ਪੂਰੇ ਇੰਡੀਆ 'ਚੋਂ ਸਫਾਇਆ ਨਾ ਹੋਇਆ ਤਾਂ ਤੁਸੀਂ ਮੈਨੂੰ ਕਹਿ ਦਿਓ ਕਿਸ ਤਰ੍ਹਾਂ ਦੇਖਦੇ ਹੋ ਜਿੱਥੇ ਕਿ ਇੱਕ ਪਾਸੇ ਇੱਕ ਪਾਸੇ ਜਿਹੜੀ ਕਿ ਇਸ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜਿਹੜਾ ਕਿ ਇੰਟਰਨੈਸ਼ਨਲ ਪੱਧਰ ਤੇ ਇਸ ਕਿਸਾਨੀ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਜਿਹੜਿਆਂ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਨਾਮਵਾਰ ਸ਼ਖਸੀਅਤਾਂ ਨੇ ਨਾਮਵਾਰ ਕਲਾਕਾਰ ਜਾਂ ਨਾਮਵਾਰ ਖੇਡ ਖਿਡਾਰੀ ਨੇ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕਿ ਸਿਆਸੀ ਲੋਕ ਨੇ ਬਾਹਰਲੇ ਮੁਲਕਾਂ ਦੇ ਉਹਨਾਂ ਵੱਲੋਂ ਵੀ ਟਵੀਟ ਕਰਕੇ ਇਸ ਅੰਦੋਲਨ ਲਈ ਸਮਰਥਨ ਕੀਤਾ ਗਿਆ ਪਰ ਦੂਸਰੇ ਪਾਸੇ ਜੇ ਗੱਲ ਕਰੀ ਜਾਵੇ ਇੰਡੀਆ ਦੇ ਕੁਝ ਲੋਕਾਂ ਦੀ ਖਿਡਾਰੀਆਂ ਦੀ ਕਲਾਕਾਰਾਂ ਦੀ ਪੰਜਾਬ ਨੂੰ ਛੱਡ ਕੇ ਤਾਂ ਉਹ ਉਲਟ ਇਸ ਦੇ ਕੰਮ ਕਰਦੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਮੈਂ ਲੈਂਦਾ ਮੈਂ ਇਹ ਕਹੂੰਗਾ ਜੋ ਇਹ ਕੰਡਿਆਲੀ ਤਾਰਾਂ ਨੇ ਇਹ ਤਾਰਾਂ ਸਾਨੂੰ ਬਾਰਡਰਾਂ ਤੇ ਲਾਉਣ ਦੀ ਜ਼ਰੂਰਤ ਹੈ ਮੋਦੀ ਸਰਕਾਰ ਨੂੰ ਜਿਹੜਾ 56 ਇੰਚ ਦਾ ਸੀਨਾ ਹੈ ਉਹ ਤਾਂ ਸਾਡੇ ਚੀਨ ਵਾਲੇ ਅੰਦਰ ਜਾ ਕੇ ਉਹਨਾਂ ਨੇ ਬਣਾ ਲੀਆਂ ਆਪਣੇ ਬੰਕਰ ਬਣਾ ਲਏ ਆ ਕੇ ਤੇ ਜੋ ਇਹ ਸਾਡੇ ਕਿਸਾਨਾਂ ਨੂੰ ਤਾਂ ਲੱਗੇ ਹੋਏ ਨਜ਼ਰਬੰਦ ਕਰਨ ਤਾਰਾਂ ਲਾ ਲਾ ਕੇ ਜੋ ਇਹ ਤਾਰਾਂ ਏ ਜੋ ਇੰਨੀ ਇਹ ਬੈਰੀਗੇਟਿੰਗ ਹੋ ਰਹੀ ਹੈ ਇਸ ਚੀਜ਼ ਦੀ ਜ਼ਰੂਰਤ ਸਾਡੇ ਬਾਰਡਰਾਂ ਤੇ ਆ ਸਾਡਾ ਕਿਸਾਨ ਸਾਡਾ ਅੰਦਾ ਤਾਂ ਸਾਡਾ ਅੰਦਾਜ਼ਾ ਤਾਂ ਇਹ ਕਹਿ ਰਿਹਾ ਕਿ ਜੋ ਅਨਾਜ ਹੈ ਜੋ ਸਰਕਾਰ 2 ਰੁਪਏ ਕਿਲੋ ਅਨਾਜ ਵੀ ਦਿੰਦੀ ਹੈ ਗਰੀਬ ਨੂੰ ਜੇ ਇਹ ਬਿੱਲ ਵਾਪਸ ਨਾ ਹੋਏ ਤਾਂ ਗਰੀਬ ਦੇ ਢਿੱਡ ਤੇ ਵੀ ਲੱਤ ਵੱਜੇਗੀ ਸਾਡਾ ਅੰਦਾਜ਼ੇ ਦਾ ਸਵਾਲ ਇਹ ਹੈ ਕਿ ਜੋ ਇਹ ਅੰਨ ਅਨਾਜ ਹੈ ਅਸੀਂ ਜਿਹੜੇ ਚਾਰ ਘਰਾਣੇ ਨੇ ਉਹਨਾਂ ਦੀਆਂ ਤਜੋਰੀਆਂ ਵਿੱਚ ਕੈਦ ਨਹੀਂ ਹੋਣ ਦੇਣਾ ਇਹ ਅਨਾਜ ਕਿਸਾਨ ਆਪਣੇ ਜਿਵੇਂ ਵੀ ਪੈਦਾ ਕਰਕੇ ਗਰੀਬਾਂ ਨੂੰ ਵੀ ਜਾਂਦਾ ਏ ਤੇ ਕਿਸਾਨ ਜੋ ਆਪਣਾ ਹੱਕ ਮੰਗ ਰਿਹਾ ਕਿਸਾਨ ਹੱਕ ਲੈ ਕੇ ਰਹੇਗਾ ਤੇ ਜਿਹੜੀ ਗੱਲ ਆਪਾਂ ਕੀਤੀ ਸੀ ਵੀ ਜਿਹੜੀਆਂ ਕਿ ਇਸ ਸਮੇਂ ਜਿਹੜਾ ਕਿ ਅੰਤਰਰਾਸ਼ਟਰੀ ਪੱਧਰ ਦਾ ਸਮਰਥਨ ਮਿਲ ਰਿਹਾ ਪਰ ਇੰਡੀਆ ਦੇ ਵਿੱਚੋਂ ਗੱਲ ਕੀਤੀ ਜਾਵੇ ਚਾਹੇ ਉਹ ਬਾਲੀਵੁੱਡ ਸਟਾਰਾਂ ਦੀ ਚਾਹੇ ਉਹ ਖਿਡਾਰੀਆਂ ਦੀ ਉਹਨਾਂ ਵੱਲੋਂ ਜਿਹੜਾ ਕਿ ਹਾਂ ਪੱਖੀ ਸਮਰਥਨ ਕਿਸਾਨਾਂ ਵਾਸਤੇ ਜਾਂ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਦੇਖੋ ਆਪਾਂ ਇਹ ਸਾਰਿਆਂ ਦਾ ਨਹੀਂ ਕਹਿ ਸਕਦੇ ਵੀ ਨਹੀਂ ਮਿਲ ਰਿਹਾ ਜਿਹੜੇ ਕੁਝ ਚੰਦ ਲੋਕ ਨਹੀਂ ਆਪਣਾ ਦੇ ਰਹੇ ਉਹ ਮੋਦੀ ਦੇ ਚੇਲੇ ਚਮਟੇ ਆ ਬਾਕੀ ਜਿੰਨੇ ਵੀ ਸਾਡੇ ਸਿਆਣੇ ਲੋਕ ਨੇ ਜਿਨ੍ਹਾਂ ਨੂੰ ਪਤਾ ਕਿ ਸਾਡਾ ਅੰਦਾਤਾ ਇਹ ਸਿਰਫ ਲੜਾਈ ਆਪਣੇ ਕੱਲੇ ਅੰਦਾਤਾ ਆਪਣੇ ਵਾਸਤੇ ਨਹੀਂ ਲੜ ਰਿਆ ਇਹ ਲੜਾਈ ਜੋ ਕਿਸਾਨ ਦਾ ਅੰਨ ਹੈ ਹਰ ਇੱਕ ਦੇ ਮੂੰਹ ਚ ਪੈਂਦਾ ਹੈ ਜਿਹੜੇ ਅੱਜ ਇਹ ਗੱਲਾਂ ਕਰਦੇ ਨੇ ਨਾ ਕਹਿੰਦੇ ਵੀ ਕਿਸਾਨ ਐ ਇਦਾਂ ਬੈਠਾ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਸਿਰਫ ਮੋਦੀ ਤੋਂ ਡਰ ਲੱਗਦਾ ਉਹ ਤਾਨੀਆਂ ਕਰਦੇ ਤੇ ਜਦੋਂ ਉਹਨਾਂ ਨੂੰ ਇਹ ਯਾਦ ਕਰ ਲੈਣਾ ਚਾਹੀਦਾ ਜਦੋਂ ਤੁਸੀਂ ਅੱਜ ਉਹਨਾਂ ਸਰਦਾਰਾਂ ਨਾਲ ਉਹਨਾਂ ਉਸ ਪਗੜੀ ਨੂੰ ਬੰਨ੍ਹ ਬੰਨ੍ਹ ਕੇ ਤੁਸੀਂ ਅਰਬਾਂ ਰੁਪਇਆ ਕਮਾਇਆ ਏ ਅੱਜ ਉਸ ਪਗੜੀ ਨੂੰ ਜੋ ਮੋਦੀ ਸਰਕਾਰ ਨੇ ਹੱਥ ਪਾਇਆ ਏ ਜੇ ਤੁਸੀਂ ਇਸ ਪੱਗ ਨੂੰ ਬੰਨ੍ਹ ਕੇ ਅਰਬਾਂ ਰੁਪਇਆ ਕਮਾ ਸਕਦੇ ਤਾਂ ਅੱਜ ਤੁਹਾਨੂੰ ਕਿਸਾਨ ਨਾਲ ਖੜਨ ਦੀ ਲੋੜ ਹੈ ਤੇ ਜਿਹੜੇ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿੱਚ ਸ਼੍ਰੀ ਆਮ ਕਿਸਾਨਾਂ ਦੇ ਨਾਲ ਖੜੇ ਨੇ ਕਹਿ ਰਹੇ ਨੇ ਕਿ ਆਂਧਾਤੇ ਦੇ ਅਸੀਂ ਨਾਲ ਆ ਉਹਨਾਂ ਨੂੰ ਵੀ ਮੈਂ ਸਲੂਟ ਕਰਦਾ ਤੇ ਜਿਹੜੇ ਗਦਾਰ ਨੇ ਦੇਸ਼ ਦੇ ਇਹ ਤਾਂ ਦੱਸਦੇ ਨੇ ਨਾ ਵੀ ਸਾਡੇ ਕਿਸਾਨਾਂ ਨੂੰ ਕਦੇ ਦੇਸ਼ ਵਿਰੋਧੀ ਕਦੇ ਕੁਛ ਦੱਸਦੇ ਨੇ ਕਦੇ ਖਾਲਸਤਾਨੀ ਪਰ ਜੋ ਸਾਡੇ ਆਂਧਾਤੇ ਦੇ ਖਿਲਾਫ ਹੈ ਉਹ ਦੇਸ਼ ਵਿਰੋਧੀ ਹੈ ਜਿਹੜਾ ਸਾਡਾ ਦੇਸ਼ ਦਾ ਕਿਸਾਨ ਸਾਡੇ ਦੇਸ਼ ਦੀ 70% ਆਬਾਦੀ ਕਿਸਾਨੀ ਤੇ ਨਿਰਭਰ ਹੈ ਕਿਸਾਨੀ ਕਰਦੀ ਹੈ ਤੇ ਜਿਹੜਾ ਜੋ ਵੀ ਮੋਦੀ ਸਰਕਾਰ ਕਿਸਾਨਾਂ ਨਾਲ ਇਹ ਵਤੀਰਾ ਕਰ ਰਹੀ ਹੈ ਉਸ ਚੀਜ਼ ਦੇ ਆਉਣ ਵਾਲੇ ਟਾਈਮ 'ਚ ਤੁਸੀਂ ਨਤੀਜੇ ਦੇਖਿਓ ਜੇ ਬੀਜੇਪੀ ਦਾ ਸਫਾਇਆ ਨਾ ਹੋ ਗਿਆ ਪੂਰੇ ਇੰਡੀਆ 'ਚੋਂ ਕੱਲ ਇੱਕ ਵਫਦ ਜਿਹੜਾ ਕਿ ਬਾਰਡਰ ਤੇ ਗਿਆ ਸੀਗਾ ਜਿਹੜਾ ਗਾਜੀਪੁਰ ਬਾਰਡਰ ਹੈ ਉੱਥੇ ਜਿਹੜਾ ਕਿ ਕਿਸਾਨਾਂ ਨੂੰ ਜਿਹੜੇ ਉਹ ਧਰਨੇ ਦੇ ਬੈਠੇ ਹਨ ਨੂੰ ਮਿਲਣ ਗਿਆ ਸੀ ਪਰ ਉਸ ਨੂੰ ਜਿਹੜਾ ਰੋਕ ਦਿੱਤਾ ਗਿਆ ਤੁਸੀਂ ਕਿਸ ਤਰ੍ਹਾਂ ਇਸ ਨੂੰ ਦੇਖਦੇ ਹੋ ਦੇਖੋ ਵਫਦ ਵੀ ਰੋਕਿਆ ਗਿਆ ਤੇ ਦੂਜਾ ਇੰਟਰਨੈਟ ਸਵਾਮਾਂ ਸਾਰੀਆਂ ਉੱਥੇ ਬੰਦ ਕਰ ਦਿੱਤੀਆਂ ਨੇ ਇਹ ਚੀਜ਼ਾਂ ਇਹ ਇੱਕ ਸਿਰਫ ਮੋਦੀ ਤਾਂ ਨਹੀਂ ਸ਼ਤਾਨਾ ਹਜ਼ਾਰ ਰੁਪਈਆ ਅਪਣਾ ਕੇ ਉਹ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਜੋ ਚਾਲਾਂ ਨੇ ਉਹ ਕਾਮਯਾਬ ਨਹੀਂ ਹੋਣਗੀਆਂ ਜੋ ਇਹ ਵਫ਼ਦ ਗਿਆ ਏ ਵਿਰੋਧੀ ਧਿਰਾਂ ਦਾ ਉਹਨਾਂ ਨੂੰ ਮਿਲਣ ਦੇਣਾ ਚਾਹੀਦਾ ਸੀ ਪਰ ਮੈਂ ਕੁਝ ਲੋਕਾਂ ਨੂੰ ਇੱਥੇ ਜ਼ਰੂਰ ਕਹੂੰਗਾ ਜੋ ਇਹ ਅਕਾਲੀ ਦਲ ਦੀ ਬੀਬਾ ਹਰ ਸਿਮਰਤ ਕੌਰ ਬਾਦਲ ਜਿਹੜੀ ਕਿ ਕਹਿੰਦੀ ਸੀ ਕਿ ਕਾਂਗਰਸ ਗੁੰਮਰਾਹ ਕਰ ਰਹੀ ਹੈ ਬਿਲ ਠੀਕ ਨੇ ਅੱਜ ਕੀ ਹੋਇਆ ਬਈ ਤੁਸੀਂ ਗਾਜੀਪੁਰ ਬਾਰਡਰ ਕਦੇ ਹੁਣ ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਕਿਸਾਨਾਂ ਦੇ ਨਾਲ ਹ ਉਸ ਟਾਈਮ ਤੁਸੀਂ ਬਿਲ ਪੜੇ ਨਹੀਂ ਕਿ ਤੁਸੀਂ ਅਨਪੜੋ ਤੁਸੀਂ ਤਾਂ ਜਾ ਜਾ ਕੇ ਉੱਥੇ ਸਟੇਟਮੈਂਟਾਂ ਦਿੱਤੀਆਂ ਬਾਦਲ ਸਾਹਿਬ ਤੋਂ ਲਾਈਵ ਹੋ ਕੇ ਪ੍ਰੈਸ ਕਾਨਫਰੰਸਾਂ ਕਰਾਈਆਂ ਕਿ ਨਹੀਂ ਜੀ ਇਹ ਬਿਲ ਠੀਕ ਹੈ ਕੈਪਟਨ ਸਾਹਿਬ ਗੁੰਮਰਾਹ ਕਰ ਰਹੇ ਨੇ ਕਾਂਗਰਸ ਗੁੰਮਰਾਹ ਕਰਦੀ ਹੈ ਹੁਣ ਤੁਸੀਂ ਇਹ ਵੀ ਸਪਸ਼ਟੀਕਰਨ ਦੇ ਦਿਓ ਕਿ ਤੁਸੀਂ ਉਸ ਸਮੇਂ ਠੀਕ ਸੀ ਜਾਂ ਹੁਣ ਠੀਕ ਹੋ ਜਿਹੜਾ ਕਿ ਇੱਕ ਵਾਕਿਆ ਹੁਣ ਪਿੱਛੇ ਨਗਰ ਕੌਂਸਲ ਚੋਣਾਂ ਦੇ ਦੇਖਿਆ ਜਾਵੇ ਹੋਇਆ ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਜਿੱਥੇ ਕਿ ਸੁਖਬੀਰ ਬਾਦਲ ਖੁਦ ਜਿਹੜੇ ਕਿ ਆਪਣੇ ਨਗਰ ਕੌਂਸਲ ਦੇ ਉਮੀਦਵਾਰ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਣ ਗਏ ਤਾਂ ਜਲਾਲਾਬਾਦ ਦੇ ਵਿੱਚ ਇੱਕ ਬਹੁਤ ਇਟ ਪੱਥਰबाजी ਜਾਂ ਇਟਾ ਰੋੜਿਆਂ ਦੀ ਜਬਰਸਾਦ ਦੇਖਣ ਨੂੰ ਮਿਲੀ ਉੱਥੇ ਉਹਨਾਂ ਨੇ ਦੋਸ਼ ਲਾਇਆ ਕਿ ਜਿਹੜੇ ਕਾਂਗਰਸ ਦੇ ਉੱਥੇ ਦੇ ਵਿਧਾਇਕ ਨੇ ਤੇ ਕਾਂਗਰਸੀ ਗੁੰਡੇ ਕਿਹਾ ਉਹਨਾਂ ਨੇ ਵੀ ਉਹ ਜਿਹੜੇ ਜਾਣ ਬੁੱਝ ਕੇ ਇਸ ਚੋਣ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦਾ ਜਿਹੜਾ ਕਿ ਜਾਣ ਕੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਦੇਖੋ ਅਕਾਲੀ ਦਲ ਨੇ ਜੋ ਪਿਛਲੇ 10 ਸਾਲ ਦਾ ਇਹਦਾ ਰਾਜ ਰਿਹਾ ਗੁੰਡਾਗਰਦੀ ਹੀ ਦੇਖਣ ਨੂੰ ਮਿਲੀ ਇਹਨਾਂ ਦੇ ਰਾਜ ਵਿੱਚ ਗੁੰਡਾਗਰਦੀ ਤੋਂ ਇਲਾਵਾ ਕੁਝ ਨਹੀਂ ਅੱਜ ਇਹ ਗੁੰਡਾਗਰਦੀ ਦਾ ਜੋ ਨੰਗਾ ਨਾਚ ਹੈ ਉਹ ਸੁਖਵੀਰ ਬਾਦਲ ਆਪਣੇ ਗੁੰਡਿਆਂ ਤੋਂ ਲੋਕਾਂ ਦੀ ਆਪਣੇ ਸਹਿਮਤੀ ਲੈਣ ਵਾਸਤੇ ਸਾਰਾ ਕੁਝ ਕਰਵਾ ਰਿਹਾ ਸਾਡੇ ਕਾਂਗਰਸ ਦੇ ਜੋ ਐਮਐਲਏ ਨੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਸਾਡਾ ਕੋਈ ਇਹਦੇ ਵਿੱਚੋਂ ਹੋਵੇ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ ਕੋਈ ਐਡੀ ਗੱਲ ਨਹੀਂ ਕਹਿੰਦਾ ਇਹ ਜੋ ਕਰਿਆ ਕਰਾਇਆ ਸਭ ਸੁਖਵੀਰ ਬਾਦਲ ਦਾ ਏ ਕਿਸੇ ਦਾ ਕਾਂਗਰਸੀ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿ ਕੱਲ ਦਾ ਦਿਨ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਕਿ ਇੱਕ ਬੰਦ ਦਾ ਸੱਦਾ ਦਿੱਤਾ ਗਿਆ ਭਾਰਤ ਬੰਦ ਜੋ ਕਿ ਕੱਲ ਦੁਪਹਿਰ 12 ਵਜੇ ਤੋਂ ਸ਼ਾਮ ਤੱਕ ਰਹੇਗਾ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਜੋ ਜਥੇਬੰਦੀਆਂ ਦਾ ਮੈਸੇਜ ਹੈ ਉਹ ਪਹਿਲਾਂ ਵੀ ਅੱਜ ਤੱਕ ਜਿੰਨੀ ਵਾਰ ਜਥੇਬੰਦੀਆਂ ਨੇ ਚੱਕਾ ਜਾਮ ਜਾਂ ਕੁਝ ਵੀ ਕਰਨ ਦਾ ਦੀ ਕਾਲ ਜਥੇਬੰਦੀਆਂ ਦੀ ਆਈ ਹੈ ਹਰ ਇੱਕ ਨੇ ਉਸ ਚੀਜ਼ ਨੂੰ ਸੈਪਟ ਕਰਿਆ ਕੱਲ ਵੀ ਜੋ ਚੱਕਾ ਜਾਮ ਹੈ 12 ਵਜੇ ਤੋਂ ਬਾਅਦ ਦਾ ਕਾਂਗਰਸ ਪਾਰਟੀ ਯੂਥ ਕਾਂਗਰਸ ਜਥੇਬੰਦੀਆਂ ਦਾ ਹਰ ਇੱਕ ਪਾਸਿਓਂ ਸਮਰਥਨ ਕਰੇਗੀ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਅੱਜ ਸਾਡੇ ਦੇਸ਼ ਦੇ ਆਂਦਾ ਤੇਨੂ ਬਚਾਉਣ ਦਾ ਸਵਾਲ ਹੈ ਆਂਦਾ ਤੇਨੂ ਬਚਾ ਲਓ ਆਂਦਾ ਤੇਨੂ ਬਚਾ ਲਓ ਜੋ ਜਥੇਬੰਦੀਆਂ ਕਹਿ ਰਹੀਆਂ ਨੇ ਉਹਨਾਂ ਦੇ ਕਹਿਣ ਤੇ ਨਾਲ ਚੱਲੋ ਜੋ ਇਹ ਜ਼ਾਲਮ ਸਰਕਾਰ ਹੈ ਆਉਣ ਵਾਲੇ ਟਾਈਮ 'ਚ ਮੈਂ ਮੋਦੀ ਸਾਹਿਬ ਨੂੰ ਕਹੂੰਗਾ ਇਹੀ ਕਿਸਾਨ ਤੁਹਾਡੀ ਸਰਕਾਰ ਦੀਆਂ ਜੜਾਂ ਇਹ ਜੀਆਂ ਪੱਟਣਗੇ ਮੁੜ ਕੇ ਜੜਾਂ ਲੱਗਣੀਆਂ ਨਹੀਂ ਭਾਜਪਦੀਆਂ ਤੁਸੀਂ ਇੱਕ ਜਿਹੜਾ ਕੀ ਯੂਥ ਕਾਂਗਰਸ ਨੇ ਐਲਾਨ ਵੀ ਕੀਤਾ ਹੈ ਕਿ ਸੰਸਦ ਦਾ ਜਿਹੜਾ ਕੀ 9 ਤਰੀਕ ਨੂੰ ਘਰਾਓ ਕੀਤਾ ਜਾਵੇਗਾ ਕਿਸ ਤਰ੍ਹਾਂ ਘਰਾਓ ਕਰੋਗੇ ਕਿਉਂਕਿ ਵੱਡੇ ਪੱਦਰ ਤੇ ਪਹਿਲਾਂ ਵੀ ਰੋਕਾ ਲੱਗਦੀਆਂ ਰਹੀਆਂ ਨੇ ਰੋਕਦੇ ਰਹੇ ਨੇ ਕਿਸ ਤਰ੍ਹਾਂ ਘਰਾਓ ਕਰੋਗੇ ਜੇਕਰ ਇਹੋ ਜੇ ਕਢੀਲੀਆ ਤਾਰਾਂ ਜਾਂ ਬੈਰੀਕੇਟਿੰਗ ਜਾਂ ਘਰ ਪਾਣੀ ਦੇ ਬੁਛਾਰਾ ਤੁਹਾਡੇ ਸਾਹਮਣੇ ਆਉਂਦੀਆਂ ਨੇ ਦੇਖੋ ਜੋ ਘਰਾਵ ਦਾ ਪ੍ਰੋਗਰਾਮ ਹੈ ਸਾਡੇ 올 ਇੰਡੀਆ ਯੂਥ ਕਾਂਗਰਸ ਵੱਲੋਂ ਉਹਦੇ ਵਿੱਚ ਅਸੀਂ ਪੰਜਾਬ ਤੋਂ ਮੈਂ ਆਪਣੇ ਰੋਪੜ ਜ਼ਿਲ੍ਹੇ ਤੋਂ ਅਸੀਂ ਵੱਧ ਚੜ ਕੇ ਸ਼ਮੂਲੀਅਤ ਕਰਾਂਗੇ ਤੇ ਕਿਸਾਨਾਂ ਦੇ ਹੱਕ ਵਿੱਚ ਸੰਸਦ ਦਾ ਘਰਾਵ ਕਰਾਂਗੇ ਸਾਨੂੰ ਜੋ ਵੀ ਕਰਨਾ ਇਹਨਾਂ ਨੇ ਅੱਜ ਹੱਦ ਤਾਂ ਇਹਨਾਂ ਨੇ ਪਾਰ ਕਰ ਗਏ ਜੋ ਸਾਡੇ ਕਿਸਾਨ ਵਾਸਤੇ ਗੁੱਲ ਮੇਖਾਂ ਕਿੱਲਾਂ ਲਾ ਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਸਾਨੂੰ ਰੋਕ ਲੈਣ ਜਿੱਥੋਂ ਤੱਕ ਹੋਇਆ ਸੰਸਦ ਦਾ ਘਰੋਂ ਕਰਕੇ ਹਟਾਂਗੇ ਸਾਨੂੰ ਗ੍ਰਿਫਤਾਰ ਕਰੇ ਸਾਡੇ ਦੇ ਪਰਚੇ ਦੇਵੇ ਜੋ ਇਹਨੇ ਨਾ ਕਰਨਾ ਕਰੇ ਪਰ ਯੂਥ ਕਾਂਗਰਸ ਕਿਸਾਨਾਂ ਦੇ ਹੱਕ ਚ ਲੜਾਈ ਜਦੋਂ ਤੋਂ ਕਿਸਾਨੀ ਸੰਘਰਸ਼ ਹੋਇਆ ਸ਼ੁਰੂ ਹੋਇਆ ਸਾਡੇ 올 ਇੰਡੀਆ ਯੂਥ ਕਾਂਗਰਸ ਵੱਲੋਂ ਰਾਹੁਲ ਗਾਂਧੀ ਜੀ ਦੇ ਕਹਿਣ ਤੇ ਜੇਕਰ 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 ਗ੍ਰਿਫਤਾਰ ਕੀਤਾ ਜਾਂਦਾ ਪਰਚੇ ਪਾਏ ਜਾਂਦੇ ਤਾਂ ਉਸ ਤੋਂ ਬਾਅਦ ਤੁਹਾਡਾ ਕੀ ਰਣਨੀਤੀ ਰਹੇਗੀ ਰਣਨੀਤੀ ਦੇਖੋ ਸਰਕਾਰ ਨਾਲ ਲੜਾਈ ਹੈ ਕਿਸਾਨ ਵੀ ਲੜਾਈ ਲੜ ਰਿਹਾ ਉਦੇ ਨਾਲ ਯੂਥ ਕਾਂਗਰਸ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਕਿਸਾਨ ਦੇ ਨਾਲ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਜੋ ਕਾਂਗਰਸ ਪਾਰਟੀ ਨਹੀਂ ਦਿੱਤਾ ਕਾਂਗਰਸ ਪਾਰਟੀ ਕਿਸਾਨ ਨੂੰ ਵੀ ਬਚਾਏਗੀ ਆਪਣੇ ਜਵਾਨ ਨੂੰ ਵੀ ਬਚਾਏਗੀ ਕਾਂਗਰਸ ਪਾਰਟੀ ਨੂੰ ਜੋ ਵੀ ਕੁਰਬਾਨੀ ਦੇਣੀ ਪਈ ਕਾਂਗਰਸ ਪਾਰਟੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟੇਗੀ ਸੋ ਇਹ ਸਨ ਸਾਡੇ ਨਾਲ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਹ ਕਿਸੇ ਵੀ ਹੱਦ ਤੇ ਪਿੱਛੇ ਨਹੀਂ ਹਟੇਗੀ ਅਤੇ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਦੇ ਲਈ ਕਾਂਗਰਸ ਪਾਰਟੀ ਹਰ ਇੱਕ ਕੁਰਬਾਨੀ ਦੇਣ ਨੂੰ ਤਿਆਰ ਹੈ ਸੋ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਜਿਹੜਾ ਕਿ ਸੰਸਦ ਦਾ ਘਰਾਓ ਯੂਥ ਕਾਂਗਰਸ ਕਿਸ ਤਰ੍ਹਾਂ ਕਰਦੀ ਹੈ ਤੇ ਕੱਲ ਦਾ ਜਿਹੜਾ ਕਿ ਬੰਦ ਦੀ ਕਾਲ ਹੈ ਉਹ ਕਿਸ ਤਰ੍ਹਾਂ ਨਿਪਰੇ ਚੜਦੀ ਹੈ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਵਾਪਰੇਗਾ ਸੋ ਅਗਲੀਆਂ ਜੋ ਵੀ ਗੱਲਾਂ ਬਾਤਾਂ ਨੇ ਉਹ ਦੱਸਦੇ ਰਾਵਾਂਗੇ ਸੋ ਦੇਖਦੇ ਰਹੋ ਚੈਨਲ ਪੰਜਾਬ ਸਾਡੀ ਇਹ ਵਿਸ਼ੇਸ਼ ਰਿਪੋਰਟ ਰੂਪਨਗਰ ਤੋਂ ਚੈਨਲ ਪੰਜਾਬ ਲਾਢੀ ਖਾਬੜਾਂ ਦੀ ਰਿਪੋਰਟ